ਕਹਿਣ ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਬਸ ਪਰਮਾਤਮਾ ਦਾ ਸ਼ੁਕਰੀਆ ਹੀ ਅਦਾ ਕਰਦੇ ਹਾਂ, ਹੈ ਨਾ। ਕਰੋੜਾਂ ਸਾਰੀਆਂ ਦੁਆਵਾਂ ਨੂੰ ਸੁਣ ਕੇ ਵਾਹਿਗੁਰੂ ਨੇ ਜ਼ਖਮਾਂ 'ਤੇ ਇੱਕ ਆਪਾਂ ਕਹਿ ਸਕਦੇ ਮੱਲਮ ਲਾਈ ਹੈ, ਇੱਕ ਛੋਟੀ ਜਿਹੀ ਉਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ, ਜਿਹਦੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ। ਅਤੇ ਬਿਨਾਂ ਔਲਾਦ ਤੋਂ ਥੋੜ੍ਹਾ ਜਿਹਾ ਇੰਨੇ ਵੱਡੇ ਇੰਸੀਡੈਂਟ ਤੋਂ ਮਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ, ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ, ਪਰਮਾਤਮਾ ਦੇ ਚਰਨਾਂ 'ਚ ਸਿਰ ਰੱਖਿਆ ਵੀ ਕਿਸੇ ਨਾ ਕਿਸੇ ਪਾਸੇ ਕੋਈ ਰਸਤਾ ਦਿਖਾਓ, ਹੈ ਨਾ। ਤਾਂ ਵਾਹਿਗੁਰੂ ਨੇ ਮਿਹਰ ਕੀਤੀ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਭਰ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੰਨੀ ਗੁਰੂ ਘਰਾਂ 'ਚ ਜਾ ਕੇ ਆਪੋ ਆਪ ਵਿਸ਼ਵ ਦੇ ਕੋਲ ਜਾ ਕੇ ਅਰਦਾਸਾਂ ਕੀਤੀਆਂ, ਛੋਟੀ ਸਿੱਧੂ ਅਤੇ ਦੁਬਾਰਾ ਆਉਣ ਦੀਆਂ ਮੰਨਤਾਂ ਮੰਨੀਆਂ ਸਾਰਿਆਂ ਨੇ, ਤਾਂ ਮਾਲਕ ਨੇ ਕਬੂਲ ਕਰਦੇ ਹੋਏ ਕੱਲ੍ਹ ਆਪਾਂ ਨੂੰ ਵੱਡੀ ਦਾਤ ਦਿੱਤੀ। ਸਾਰੇ ਸੰਸਾਰ ਦੇ ਵਾਸੀਆਂ ਦਾ ਅਤੇ ਸਭ ਤੋਂ ਵੱਧ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕਰਾਂ। ਮਾਤਾ ਜੀ ਹਾਂ ਬਿਲਕੁਲ ਠੀਕ ਨੇ, ਓਪਰੇਟ ਹੋਇਆ ਕਰਕੇ ਥੋੜ੍ਹਾ ਦੋ ਚਾਰ ਦਿਨ ਰਿਕਵਰ ਹੋਣ 'ਚ ਤਾਂ ਲੱਗੇ ਜਾਂਦੇ ਨੇ, ਅਤੇ ਬੱਚਾ ਬਿਲਕੁਲ ਤੰਦਰੁਸਤ ਹੈ, ਹਾਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ। ਬਾਕੀ ਵਾਹਿਗੁਰੂ ਮਿਹਰ ਕਰੇ। ਅਗਲਾ ਕੱਲ੍ਹ ਪਿੰਡ ਜਿਹੜਾ ਕਿ ਦੀਵਾਲੀ ਦਾ ਮਾਹੌਲ ਸੀਗਾ, ਕਿਵੇਂ ਦੇਖਦੇ ਹੋ? ਕੱਲ੍ਹ ਲੋਕਾਂ 'ਚ ਬੜਾ ਹੀ ਉਤਸ਼ਾਹ ਸੀਗਾ ਬੇਟਾ। ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਸਿਰ ਨਵਾਉਣ ਤੋਂ ਇਲਾਵਾ, ਹੈ ਨਾ, ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ, ਹੈ ਨਾ, ਵੀ ਆਪਾਂ ਇੰਨਾ ਜ਼ਿਆਦਾ। ਪਰੰਤੂ ਫਿਰ ਵੀ ਲੋਕਾਂ ਦੀ ਐਕਸਾਈਟਮੈਂਟ ਹੈ, ਉਹ ਕਹਿੰਦੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਹੈ ਨਾ। ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪਲਿਨ 'ਚ ਰਹਿ ਕੇ ਜਿੰਨਾ ਘੱਟ ਤੋਂ ਘੱਟ, ਹੈ ਨਾ, ਵੀ ਆਪਾਂ ਖੁਸ਼ੀ ਮਨਾਵਾਂਗੇ, ਪਰੰਤੂ ਥੋੜ੍ਹਾ ਜਿਹਾ ਮੈਂ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ, ਮੈਂ ਥੋੜ੍ਹਾ ਜਿਹਾ ਨਿਮਰਤਾ ਨਾਲ ਚੱਲ ਕੇ ਰਾਜੀ ਹੁੰਦਾ। ਹਾਂ ਫਿਰ ਵੀ ਲੋਕਾਂ ਦੀ ਕਿੰਨਾ ਗਿੱਧਾ ਭੰਗੜਾ, ਹੈ ਨਾ, ਉਹਨਾਂ ਨੇ ਮਤਲਬ ਜੇ ਮੈਂ ਵੀ ਕੋਈ ਖੁਸ਼ੀ ਵਿਅਕਤ ਕਰ ਸਕਦਾ ਸੀ, ਹਰੇਕ ਦਾ ਆਪੋ ਆਪਣਾ ਮਨ ਹੁੰਦਾ, ਤਾਂ ਉਹਨਾਂ ਨੇ ਕੀਤੀ, ਵਧੀਆ ਲੱਗਿਆ ਸਾਰਿਆਂ ਨੇ। ਜਿਵੇਂ ਮੈਸੇਜ ਦੇਣਾ ਚਾਹੁੰਦੇ ਹੋ ਅਫਵਾਹਾਂ ਤੋਂ ਬਚਣ ਵਾਸਤੇ, ਜਿਹੜੇ ਲੋਕ ਸੋਸ਼ਲ ਮੀਡੀਆ 'ਚ ਅਫਵਾਹਾਂ ਫੈਲਾਉਂਦੇ ਨੇ? ਮੈਂ ਦੇਖੋ ਮੈਂ ਉਹਨਾਂ ਨੂੰ ਪੱਤਰਕਾਰ ਤਾਂ ਨਹੀਂ ਕਹਿ ਸਕਦਾ, ਕਿਉਂਕਿ ਪੱਤਰਕਾਰ ਦਾ ਕਾਫੀ ਦਾਇਰਾ ਹੁੰਦਾ, ਨੌਲੇਜ ਹੁੰਦੀ ਹੈ, ਉਹ ਕਦੇ ਇੰਨਾ ਨਿਯਮਾਂ ਨਹੀਂ ਡਿੱਗਦਾ ਕਦੇ ਵੀ। ਪਰੰਤੂ ਜਿਵੇਂ ਸੋਸ਼ਲ ਮੀਡੀਆ 'ਤੇ ਖਬਰਾਂ ਲਾਈਆਂ ਨਾ, ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦੇਹਾਂਤ ਹੋ ਗਿਆ। ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇੱਦਾਂ ਦਾ ਦਿਓ ਨਾ ਜੀ, ਤੋਂ ਜ਼ਿੰਦਗੀ ਦੀ ਆਸ ਬਣੇ ਤੁਸੀਂ, ਮਤਲਬ ਇੰਨੀ ਡਿਮੋਰਲ ਤੁਸੀਂ, ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫੋਲੋਇੰਗ ਹੈ, ਕਿੰਨੇ ਲੋਕ ਪਿਆਰ ਕਰਦੇ ਨੇ ਸ਼ੁਭਦੀਪ ਨੂੰ, ਹੈ ਨਾ। ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫੈਲਾਓਗੇ, ਜਦ ਕਿ ਹੈ ਨਹੀਂ ਨਾ, ਜੇ ਢਿੱਲੀ ਮੱਸੀ ਵੀ ਹੋਵੇ ਪਰ ਫਿਰ ਵੀ ਕਹਿ ਦਿੰਦਾ, ਮਤਲਬ ਇੱਦਾਂ ਦੀਆਂ ਖਬਰਾਂ ਸਲੇਈਆਂ, ਜਾਂ ਨਾਲ ਸਾਡੇ ਸੀ ਐੱਮ ਦੀ ਫੋਟੋ ਲਾ ਕੇ ਮਾਤਾ ਜਾਏਗੀ ਜੇਲ੍ਹ, ਭਾਈ ਕਿਉਂ ਕੀ ਕਰਤਾ ਉਹਨੇ, ਪਹਿਲਾਂ ਇੱਦਾਂ ਦੇ। ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ, ਮਤਲਬ ਆਪਾਂ ਚੌਥੇ ਥੰਮ ਵਜੋਂ ਜਾਣੇ ਜਾਂਦੇ ਹਾਂ, ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਬਣਦੀ ਹੈ, ਨਾ ਕਿ ਉੱਥੇ ਆਪਾਂ ਅਫਵਾਹਾਂ ਫੈਲਾ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰੀ। ਛੁੱਟੀ ਬੇਟਾ ਮੇ ਵੀ 4-5 ਦਿਨ ਤਾਂ ਲੱਗ ਹੀ ਜਾਣਗੇ। ਥੈਂਕ ਯੂ।